ਇਹ ਜਗ ਧੂਏ ਕਾ ਪਹਾੜ ਤੈਂ ਸਾਚਾ ਮਾਨਿਓ ਕਹਿ ਵਿਚਾਰ। ਇਹ ਦੁਨੀਆ ਜਿਸਕੋ ਹਮ ਸੱਚ ਕਰਕੇ ਮਾਨੇ ਬੈਠੇ ਹਨ ਨਾ, ਇਸ ਕੀ ਜੋ ਸਟੇਬਿਲਿਟੀ ਹੈ ਉਹ ਇੱਕ ਧੂਏ ਕੇ ਪਹਾੜ ਸੇ ਜ਼ਿਆਦਾ ਔਰ ਕੁਛ ਵੀ ਨਹੀਂ ਹੈ। ਐਵਰੀਥਿੰਗ ਚੇਂਜਸ ਸੋ ਫਾਸਟ ਨਾ। ਸੋ ਦਿਸ ਵਾਜ ਸਮਥਿੰਗ ਫਰੋਮ ਦ ਸਪਿਰਿਚੁਅਲ ਰੀਅਲਮ। ਨਾ ਲੈਟ ਅਸ ਟਾਕ ਸਮਥਿੰਗ ਆਫ ਵਰਲਡਲੀ ਨੇਚਰ, ਦੁਨੀਆਦਾਰੀ ਕੀ ਬਾਤ ਕਰਤੇ ਹੈ। ਤੋ ਆਜ ਕਾ ਜੋ ਵਿਸ਼ਾ ਹੈ ਵੋ ਯੇ ਹੈ ਕਿ ਟੀ ਵੀ ਵਰਸਸ ਯੂਟਿਊਬ ਕਹਿ ਲਓ ਜਾਂ ਮੋਬਾਈਲ ਫੋਨ ਕਹਿ ਲੀਜੀਏ। ਤੋ ਕੋਈ ਸਮਾਂ ਥਾ ਜਬ ਦੂਰਦਰਸ਼ਨ ਇਤਨਾ ਪਾਵਰਫੁਲ ਥਾ, ਉਸਕੀ ਜੋ ਰੀਚ ਵੀ ਬਹੁਤ ਜ਼ਿਆਦਾ ਥੀ ਔਰ ਵੋ ਸਟੇਟ ਕੰਟਰੋਲ ਹੋਤਾ ਥਾ। ਜੋ ਸਟੇਟ ਚਾਹਤੀ ਹੈ, ਜੋ ਕੰਟਰੀ ਚਾਹਤੀ ਹੈ, ਗੌਰਮੈਂਟ ਚਾਹਤੀ ਹੈ, ਵੈਸੀ ਨਿਊਜ਼ ਹੀ ਉਸਮੇ ਆਤੀ ਥੀ ਔਰ ਵੈਸੀ ਵੋ ਲੋਗੋ ਕੇ ਦਿਮਾਗ ਕੋ ਸ਼ੇਪ ਵੀ ਕਰਤੀ ਥੀ। ਫਿਰ ਪ੍ਰਾਈਵੇਟ ਚੈਨਲਸ ਆ ਗਏ ਔਰ ਬਹੁਤ ਜ਼ਿਆਦਾ ਵੀ ਆ ਗਏ ਔਰ ਵੋ ਵੀ ਧੀਰੇ ਧੀਰੇ ਜੋ ਹੈ ਸੈਲ ਆਊਟ ਹੋ ਗਏ, ਕਿਉਂਕਿ ਜੋ ਕੈਪੀਟਲਿਸਟ ਥੇ, ਜੋ ਪੋਲੀਟੀਕਲ ਪਾਵਰਸ ਥੀ, ਉਹਨਾਂ ਨੇ ਆਪਣੇ ਚੈਨਲ ਚਲਾਏ ਹੋਏ ਥੇ, ਵੋ ਤੋ ਆਪਣੀ ਗਾਥਾ ਹੀ ਬੋਲੇਂਗੇ ਨਾ। ਤੋ ਧੀਰੇ ਧੀਰੇ ਉਨਕਾ ਜੋ ਹੈ ਨਕਾਬ ਹੈ ਜੋ ਉਤਰਤਾ ਚਲਾ ਗਿਆ। ਔਰ ਯੂਟਿਊਬ ਇੱਕ ਕਮਾਲ ਕਾ ਪਲੇਟਫਾਰਮ ਆਇਆ ਹੈ, ਵੈਸੇ ਤੋ ਕੋਈ ਵੀ ਸਾਰਾ ਇੰਟਰਨੈਟ ਹੀ ਹੈ, ਜੋ ਬਹੁਤ ਫਾਸਟ ਜੋ ਹੈ ਨਾ ਉਸਕੋ ਰੀਪਲੇਸ ਕਰਤਾ ਚਲਾ ਜਾ ਰਿਹਾ ਹੈ ਟੀ ਵੀ ਕੋ। ਔਰ ਆਈ ਥਿੰਕ ਇਹ ਇੱਕ ਪੋਜ਼ਿਟਿਵ ਚੇਂਜ ਹੈ, ਕਿਉਂਕਿ ਹਮ ਯੂਟਿਊਬ ਮੇਂ ਵੋ ਸਭ ਦੇਖਤੇ ਹੈ ਜੋ ਹਮ ਦੇਖਣਾ ਚਾਹਤੇ ਹੈ, ਜਿਸ ਪਰ ਹਮ ਭਰੋਸਾ ਕਰਤੇ ਹੈ। ਔਰ ਜਬ ਹਮ ਟੀ ਵੀ ਔਨ ਕਰਤੇ ਹੈ, ਹਮੇ ਸਿਰਫ ਵਹੀ ਸੁਣਨਾ ਮਿਲਤਾ ਹੈ, ਕੋ ਮਿਲਤਾ ਹੈ ਜੋ ਵੋ ਹਮੇ ਕਹਿਣਾ ਚਾਹ ਰਹੇ ਹੈ, ਜੋ ਹਮੇ ਫੋਰਸ ਫੀਡ ਕਰ ਰਹੇ ਹੈ। ਸੋ ਬਾਈ ਫੋਰਸ ਹਮਾਰੇ ਮਾਇੰਡ ਸਪੇਸ ਕੋ ਵੋ ਓਕੋਪਾਈ ਕਰਨੇ ਕੀ ਕੋਸ਼ਿਸ਼ ਕਰ ਰਹੇ ਹੈ। ਸੋ ਇਹ ਜੋ ਡਿਵਲਪਮੈਂਟ ਹੈ ਇਟ ਇਜ਼ ਵੈਰੀ ਪੋਜ਼ਿਟਿਵ। ਔਰ ਇਸਕੇ ਇਲਾਵਾ ਇੱਕ ਚੀਜ਼ ਔਰ ਹੈ, ਜੋ ਬੋਲੀਵੁੱਡ ਥਾ ਨਾ ਉਸਕੀ ਪਹੁੰਚ ਔਰ ਉਸਕੀ ਜੋ ਪਾਵਰ ਥੀ ਵੋ ਬਹੁਤ ਹੀ ਸਟਰੋਂਗ ਹੋਤੀ ਥੀ ਸੋਸਾਇਟੀ ਕੇ ਉੱਪਰ, ਆਦਮੀ ਕੀ ਸੋਚ ਕੇ ਉੱਪਰ। ਸੁਪਰ ਸਟਾਰਸ ਟ੍ਰੈਂਡ ਸੈਟਰਸ ਹੁਆ ਕਰਤੇ ਥੇ। ਤੋ ਵੋ ਵੀ ਇੱਕ ਜੋ ਬੋਲੀਵੁੱਡ ਵੀ ਹੈ ਆਲਮੋਸਟ ਕ੍ਰੈਸ਼ਿੰਗ ਉਸ ਪੇ ਹੀ ਹੈ। ਜੈਸੇ ਟਾਈਟੈਨਿਕ ਸ਼ਿਪ ਕੀ ਸਟੋਰੀ ਥੀ ਨਾ, ਵੋ ਜਬ ਆਈਸਬਰਗ ਕੋ ਟੱਚ ਕੀਆ ਤੋ ਬਸ ਉਸਕੇ ਡੂਬਨੇ ਮੇਂ ਅਭੀ ਯਹੀ ਹੈ ਕਿ ਕੁਛ ਦੇਰ ਤੋ ਲਗਨੀ ਥੀ, ਇਤਨਾ ਬੜਾ ਜਹਾਜ਼ ਹੈ, ਪਰ ਅਲਟੀਮੇਟਲੀ ਉਸਕਾ ਬਚਨਾ ਮੁਸ਼ਕਿਲ ਥਾ। ਅਭੀ ਆਪ ਹੀ ਸੋਚੋ, ਉਹ 400-500 ਰੁਪਏ ਲਗਾ ਕਰਕੇ ਕੋਈ ਮੂਵੀ ਦੇਖਣੇ ਜਾਏਗਾ, 200-250-500 ਜੋ ਵੀ ਹੈ। ਤੋ ਅੱਜ ਕੱਲ੍ਹ ਜੋ ਸੈਕਿੰਡ ਹੈਂਡ ਸਮਾਰਟ ਫੋਨਸ ਹੈ ਵੋ ਤੋ ਕਾਫੀ ਸਸਤੇ ਮਿਲ ਜਾਤੇ ਹੈ ਔਰ ਉਸ ਪਰ ਇਨਸਾਨ ਕਿਤਨਾ ਕੁਛ ਔਰ ਵੀ ਦੇਖੇਗਾ, ਫੋਨ ਵੀ ਕਰੇਗਾ। ਤੋ ਟ੍ਰਾਂਸੀਸ਼ਨ ਹੈ ਸਾਰਾ ਲੇਦੇ ਕਰਕੇ ਸਾਰੀ ਬਾਤ ਕਾ ਨਿਸ਼ਚੈ ਇਹ ਨਿਕਲਤਾ। ਔਰ ਫਿਰ ਦੇਖਣੇ ਵਾਲੀ ਬਾਤ ਇਹ ਹੈ ਕਿ ਜੋ ਹਮਕੋ ਦੇਖਣੇ ਮੇਂ ਹਕੀਕਤ ਲੱਗ ਰਹੀ ਹੈ ਨਾ ਦੁਨੀਆ, ਉਸਕੀ ਔਕਾਤ ਤੋ ਯੇ ਹੈ ਕਿ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ, ਨਾਨਕ ਹਰੀ ਗੁਣ ਗਾਇ ਲੈ ਛਾੜ ਸਗਲ ਜੰਜਾਲ। ਜੋ ਚੀਜ਼ ਪੈਦਾ ਹੋਤੀ ਉਸਨੇ ਵਿਨਾਸ਼ ਹੋਣ ਤੋ ਹੋਣਾ ਹੀ ਹੈ। ਔਰ ਇਹ ਤੋ ਛਾਇਆ ਹੈ, ਛਾਇਆ ਪਹਿਲੇ ਨਾ ਵੋ ਜੋ ਚਿੱਤਰ ਆ ਰਹਾ ਥਾ ਉਸਕੋ ਛਾਇਆ ਗੀਤ ਬੋਲਤੇ ਥੇ, ਕਿ ਉਹ ਤੋ ਛਾਇਆ ਨਹੀਂ ਘੂਮਨਾ ਹੈ ਔਰ ਲੋਗੋ ਨੇ ਉਸਕੋ ਦੇਖ ਕਰਕੇ ਮਗਨ ਹੋ ਜਾਣਾ ਹੈ। ਛਾਇਆ ਕਾ ਜੋ ਵਿਨਾਸ਼ ਹੋਣਾ ਹੈ ਵੋ ਤੋ ਕੋਈ ਬੜੀ ਬਾਤ ਹੀ ਨਹੀਂ ਹੈ, ਕਿਉਂਕਿ ਬੋਲੀਵੁੱਡ ਸਾਰਾ ਛਾਇਆ ਕਾ ਹੀ ਹੈ ਨਾ, ਮਾਇਆ ਨਗਰੀ ਕਾ ਹੀ ਛਾਇਆ ਜਾਲ ਥਾ, ਛਾਇਆ ਹੈ ਔਰ ਵੋ ਹੀ ਟੀ ਵੀ ਥਾ। ਕਮਾਲ ਕੀ ਬਾਤ ਤੋ ਯੇ ਹੋਈ ਕਿ ਇੱਕ ਛੋਟੇ ਸੇ ਸਮਾਰਟਫੋਨ ਮੇਂ ਯੂਟਿਊਬ ਇਤਨਾ ਨਿਆ ਪਲੇਟਫਾਰਮ ਹੈ ਔਰ ਇਤਨੀ ਫਾਸਟ ਜੋ ਹੈ ਵੋ ਗਰੋ ਬਹੁਤ ਫਾਸਟ ਕਰ ਰਿਹਾ ਹੈ। ਸੋ ਦੀਸ ਆਰ ਮਾਈ ਵਿਊ ਪੁਆਇੰਟਸ ਔਰ ਜੈਸੇ ਮੇਰੇ ਮਨ ਮੇਂ ਵਿਚਾਰ ਆਇਆ ਥਾ ਕਿ ਮੈਂ ਸ਼ੇਅਰ ਕਰੂੰ, ਹਾਓ ਇੰਪੋਰਟੈਂਟ ਇਟ ਇਜ਼, ਹਾਓ ਇੰਪੋਰਟੈਂਟ ਯੂਟਿਊਬ ਇਜ਼ ਐਂਡ ਹਾਓ ਫਾਸਟ ਦ ਇੰਪੋਰਟੈਂਸ ਆਫ ਟੀ ਵੀ ਐਂਡ ਦ ਬੋਲੀਵੁੱਡ ਇਜ਼ ਡਿਮਨਿਸ਼ਿੰਗ। ਸੋ ਦੈਟਸ ਆਲ ਐਂਡ ਲੈਟਸ ਵੰਸ ਮੋਰ ਸੇ, ਇਹ ਜਗ ਧੂਏ ਕਾ ਪਹਾੜ ਤੈਂ ਸਾਚਾ ਮਾਨਿਓ ਕਹਿ ਵਿਚਾਰ। ਓਕੇ, ਟੇਕ ਕੇਅਰ, ਬਾਏ ਬਾਏ।